ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। MLA ਬੈਂਸ ਦੇ ਫਰਜ਼ੀ ਪੇਜ ਦੇ ਉੱਤੋਂ ਅਕਾਲੀ ਦਲ ਦੇ ਪੂਰਵ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਦੀ ਪਤਨੀ ਦੀ ਫਰਜ਼ੀ ਵੀਡੀਓ ਪੋਸਟ ਕਰ ਦਿੱਤੀ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗੁਲਜ਼ਾਰ ਸਿੰਘ ਰਾਣੀਕੇ ਦੇ ਪੁੱਤ ਨੇ ਕਰ ਦਿੱਤਾ ਸਿਮਰਜੀਤ ਸਿੰਘ ਬੈਂਸ ਨੂੰ ਫੋਨ। MLA ਬੈਂਸ ਨੇ ਖੁਦ ਮੰਨਿਆ ਹੈ ਕਿ ਉਹਨਾਂ ਦੇ ਪੁੱਤ ਦਾ ਫੋਨ ਉਹਨਾਂ ਨੂੰ ਆਇਆ ਸੀ ਅਤੇ ਜਿਸ ਨੂੰ ਸਫਾਈ ਦਿੱਤੀ ਗਈ ਕਿ ਆ ਵੀਡੀਓ ਉਹਨਾਂ ਨੇ ਪੋਸਟ ਨਹੀਂ ਕੀਤੀ। ਹੁਣ ਇਸ ਫੋਨ ਕਾਲ ਆਉਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਇਸ ਮਸਲੇ 'ਚ ਕੇਸ ਦਰਜ ਕਰਵਾਉਣ ਲੱਗੇ ਨੇ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ MLA ਬੈਂਸ। ਜੀ, ਇੱਕ ਵੀਡੀਓ ਜਿਹੜੀ ਆ ਫੇਸਬੁੱਕ 'ਤੇ ਵਾਇਰਲ ਹੋਈ ਆ, ਉਹਦੇ ਵਿੱਚ ਤੁਹਾਡੀ ਪੋਸਟ ਜਿਹੜੀ ਆ ਦੱਸੀ ਜਾ ਰਹੀ ਹੈ ਕਿ ਤੁਸੀਂ ਪਾਈ ਆ ਕੋਈ ਲੇਡੀਜ਼। ਮੇਰੀ ਗੱਲ ਸਵੇਰੇ ਗੁਲਜ਼ਾਰ ਸਿੰਘ ਰਣੀਕੇ ਜੀ ਦੇ ਬੇਟੇ ਲਾਲੀ ਰਣੀਕੇ ਦਾ ਮੈਨੂੰ ਫੋਨ ਆਇਆ, ਉਹਨਾਂ ਨਾਲ ਗੱਲ ਹੋਈ। ਬੜਾ ਅਫਸੋਸ ਹੈ ਇਸ ਗੱਲ ਦਾ ਕਿ ਜਿਹੜਾ ਸੋਸ਼ਲ ਮੀਡੀਆ ਦਾ ਦੁਰਵਰਤੋਂ ਹੋ ਰਿਹਾ, ਉਹ ਮੇਰੀ ID ਨਹੀਂ ਹੈਗੀ। ਮੇਰੀ ID ਫੇਸਬੁੱਕ ਨੇ ਵੈਰੀਫਾਈਡ ਕੀਤੀ ਆ, ਬਲੂਟੈਕ ਵਾਲੀ ਆ। ਮੈਂ ਉਹਨਾਂ ਨੂੰ ਵੀ ਦੱਸਿਆ, ਲਾਲੀ ਜੀ ਹੋਰਾਂ ਨੂੰ, ਮਾਂ ਸਮਾਨ ਔਰਤ ਬਾਰੇ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਲਿਖ ਦੇਣੀ, ਗਲਤ ਕਿਸੇ ਹੋਰ ਔਰਤ ਦਾ ਚੱਕ ਕੇ ਨਾਮ ਇਹਨਾਂ ਦੇ ਨਾਮ ਜੋੜ ਦੇਣਾ, ਅਸੀਂ ਵੀ ਪੁਲਿਸ ਨੂੰ ਕੰਪਲੇਂਟ ਕਰ ਰਹੇ ਹਾਂ। ਬਹੁਤ ਮਾੜੀ ਗੱਲ ਆ, ਸੋਸ਼ਲ ਮੀਡੀਆ ਨੂੰ ਚੰਗੇ ਵਧੀਆ ਅੱਛੇ ਕੰਮਾਂ ਵਾਸਤੇ ਵਰਤੋ। ਆ ਜਿਹੜਾ ਤੁਸੀਂ ਫੇਕ ਝੂਠੀਆਂ ਇੱਦਾਂ ਦੀਆਂ ਗੱਲਾਂ ਅਫਵਾਹਾਂ ਉਡਾਉਣੀਆਂ, ਇਹ ਬੜੀ ਨਿੰਦਣਯੋਗ ਗੱਲ ਹੈਗੀ। ਤੁਹਾਡੇ ਵੱਲੋਂ ਪਿਛਲੇ ਦਿਨ ਵੀ ਇੱਕ ਸਾਈਬਰ ਜਿਹੜੇ ਕ੍ਰਾਈਮ ਨੂੰ ਵੀ ਇੱਕ ਉਹ FIR ਦਰਜ ਹੋਈ, ਪਰ ਅਫਸੋਸ ਇਸ ਗੱਲ ਦਾ, FIR ਦਰਜ ਕਰਤੀ ਸਾਈਬਰ ਸੈੱਲ ਨੇ, ਅਫਸੋਸ ਇਸ ਗੱਲ ਦਾ ਕਿ ਅੱਜ ਤੱਕ ਉਸ ਦੋਸ਼ੀ ਤੱਕ ਪੁਲਿਸ ਪਹੁੰਚ ਨਹੀਂ ਸਕੀ। ਅਸੀਂ ਆ ਸਵੇਰੇ ਵੀ ਜਿਹੜੀ ਗੁਲਜ਼ਾਰ ਰਣੀਕੇ ਜੀ ਵਾਲੀ ਗਲਤ ਵੀਡੀਓ ਫੇਕ ਵੀਡੀਓ ਹੋਈ ਆ, ਅਸੀਂ ਉਸ ਸਰਦਾਰ ਅਵਤਾਰ ਸਿੰਘ ਮੇਰੇ ਪਾਰਟੀ ਦੇ ਮੀਡੀਆ ਇੰਚਾਰਜ, ਉਹਨਾਂ ਨੇ ਤੁਰੰਤ ਉਸ ਪੇਜ ਦੇ ਉੱਤੇ ਮੈਸੇਜ ਪਾਇਆ ਵੀ ਇਹਨੂੰ ਤੁਰੰਤ ਡਿਲੀਟ ਕਰ ਦੇ, ਤੇਰੇ ਵਿਰੁੱਧ ਕਾਨੂੰਨੀ ਕਾਰਵਾਈ ਸਖ਼ਤ ਕਰਾਵਾਂਗੇ। ਜੇਕਰ ਗੱਲ ਕੀਤੀ ਜਾਵੇ ਤੁਹਾਡਾ ਫੇਸਬੁੱਕ ਪੇਜ ਨਹੀਂ ਹੈਗਾ, ਉਹ ਮੇਰਾ ਫੇਸਬੁੱਕ ਪੇਜ ਵੈਰੀਫਾਈਡ ਆ। ਮੇਰੇ ਫੇਸਬੁੱਕ ਪੇਜ ਦੇ ਉੱਤੇ ਤਕਰੀਬਨ 10 ਲੱਖ ਦੇ ਕਰੀਬ ਫੋਲੋਅਰਸ ਹੈਗੇ ਆ, ਵੈਰੀਫਾਈਡ ਫਰੋਮ ਫੇਸਬੁੱਕ, ਨੀਲੇ ਰੰਗ ਦਾ ਬਲੂਟੈਕ ਲੱਗਿਆ ਹੋਇਆ, ਉਹ ਮੇਰਾ ਫੇਸਬੁੱਕ ਪੇਜ ਆ। ਮੈਂ ਤਾਂ ਬੜੀ ਵਾਰੀ ਪੁਲਿਸ ਨੂੰ ਇਹ ਗੱਲ ਲਿਖ ਕੇ ਦਿੱਤੀ ਹੈ, ਜਿੰਨੇ ਲੋਕਾਂ ਨੇ ਮੇਰੇ ਨਾਮ 'ਤੇ ਸਿਮਰਜੀਤ ਸਿੰਘ ਬੈਂਸ ਫੈਨ ਕਲੱਬ, ਬਹੁਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੇਜ ਬਣੇ ਹੋਏ ਆ, ਜਿਹੜਾ ਤਾਂ ਕੋਈ ਚੰਗੇ ਕੰਮ ਲਈ ਵਰਤੇ ਉਹਨੂੰ ਜੀ ਆਇਆਂ ਨੂੰ, ਪਰ ਜਿਹੜਾ ਬੰਦਾ ਕੋਈ ਗਲਤ ਸ਼ਰਾਰਤ ਕਰਕੇ ਇਸ ਤਰੀਕੇ ਦੇ ਨਾਲ, ਉਹਨਾਂ ਦੇ ਵਿਰੁੱਧ ਕਾਰਵਾਈ ਕਰਨੀ। ਮੈਂ ਪਹਿਲਾਂ ਵੀ ਬੜੀ ਵਾਰੀ ਪੁਲਿਸ ਨੂੰ ਲਿਖਿਆ ਅਤੇ ਹੁਣ ਵੀ ਲਿਖਾਂਗਾ। ਲੱਗਦਾ ਕਿ ਇਹ ਛੋਟੀ ਛੋਟੀਆਂ ਗੱਲਾਂ ਨੂੰ ਲੈ ਕੇ ਲੋਕ ਬੜੀ ਨੀਵੀਂ ਪੱਧਰ ਦੀ ਕਹਾਂਗਾ ਕਿ ਚਾਲ ਹੈਗੀ ਆ, ਨੀਵੀਂ ਪੱਧਰ ਦੀ ਚਾਲ ਹੈ। PTC ਚੈਨਲ ਦੇਖੋ ਤੁਸੀਂ, PTC ਚੈਨਲ ਨੇ ਬਿਨਾਂ ਤਸਦੀਕ ਕੀਤੇ, ਬਿਨਾਂ ਮੇਰੇ ਤੋਂ ਪੁੱਛੇ, ਬਿਨਾਂ ਕੋਈ ਗੱਲ ਦੀ ਜਾਂਚ ਪੜਤਾਲ ਕੀਤੇ, ਸਵੇਰ ਦੀ ਇੱਕ ਫਲੈਸ਼ ਜਿਹੜੀ ਨਿਊਜ਼ ਕਰਨੀ ਸ਼ੁਰੂ ਕੀਤੀ ਹੈ, ਕਿਉਂਕਿ PTC ਨੂੰ ਤਾਂ ਪੂਰੀ ਦੁਨੀਆ 'ਚ ਵੱਸਦੇ ਪੰਜਾਬੀ ਜਾਣਦੇ ਆ ਵੀ ਇਹ ਸਵੇਰ ਤੋਂ ਰਾਤ ਤੱਕ ਕੀ ਕਰਦਾ, ਕੀ ਕਹਿੰਦਾ, ਕੀ ਬੋਲਦਾ।